ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਪੰਜਾਬ ਬਲਬੀਰ ਸਿੰਘ ਪੰਨੂ ਦੇ ਦਫ਼ਤਰ ਅਲੀਵਾਲ ਵਿੱਚ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਗੁੱਜਰਪੁਰਾ ਤੋਂ 4 ਕਾਂਗਰਸੀ ਮੈਂਬਰ ਪੰਚਾਇਤ ਅਤੇ 1 ਨੰਬਰਦਾਰ ਸਮੇਤ 50 ਪਰਿਵਾਰਾਂ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ। चेयरमैन बलबीर सिंह पन्नू ने आम आदमी पार्टी विच शामिल होने ते जी आया नूं किया अते पिंड विच बिना किसी भेदभाव के विकास करवाउण दी गल कही। ਪੰਨੂ ਸਾਹਿਬ ਅੱਜ ਪਿੰਡ ਗੁੱਜਰਪੁਰਾ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਂਬਰ ਪੰਚਾਇਤ ਨੰਬਰਦਾਰ ਅਤੇ ਹੋਰ ਵੀ ਪਰਿਵਾਰ ਜਿਹੜੇ ਸ਼ਾਮਲ ਹੋਏ ਆ, ਕੀ ਕਹਿਣਾ ਤੁਹਾਡਾ? ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਗੁੱਜਰਪੁਰਾ ਤੋਂ ਸਾਡੇ ਜੋ ਆਮ ਆਦਮੀ ਪਾਰਟੀ ਦੇ ਯੋਧੇ ਸੀ, ਉਹਨਾਂ ਯੋਧਿਆਂ ਦੀ ਨਿਸ਼ਾਨ ਸਿੰਘ, ਹਰਦੀਪ ਸਿੰਘ, ਇਹਨਾਂ ਦੋ ਯੋਧਿਆਂ ਦੀ ਜੋ ਮਿਹਨਤ ਸੀ, ਇਹਨਾਂ ਦੀ ਮਿਹਨਤ ਸਦਕਾ ਅੱਜ ਪਿੰਡ ਗੁੱਜਰਪੁਰੇ ਦੇ 4 ਪੰਚਾਇਤ ਮੈਂਬਰ, 1 ਲੰਬੜਦਾਰ ਅਤੇ ਵਿੱਚ ਸਾਬਕਾ ਮੈਂਬਰ, ਅਕਾਲੀ ਦਲ ਦੇ ਮੈਂਬਰ ਰਹੇ ਨੇ, ਜੋ ਤਕਰੀਬਨ 50 ਕੁ ਪਰਿਵਾਰਾਂ ਨੂੰ ਲੈ ਕੇ ਅੱਜ ਮੇਰੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ। ਇਹਨਾਂ ਨੂੰ ਮੈਂ ਭਰੋਸਾ ਦਿੱਤਾ ਹੈ ਕਿ ਜੋ ਵੀ ਸਾਡੇ ਪੰਚਾਇਤ ਮੈਂਬਰ ਨੇ, ਜੋ ਵੀ ਸਾਡੇ ਸਤਿਕਾਰਯੋਗ ਲੰਬੜਦਾਰ ਸਾਹਿਬ ਨੇ, ਜੋ ਵੀ ਸਾਡੇ ਭਰਾ ਅਕਾਲੀ ਦਲ ਦੇ ਵਿੱਚ ਮੈਂਬਰ ਸਾਹਿਬਾਨ ਰਹੇ ਨੇ, ਅਤੇ ਸਾਰੇ ਆਮ ਆਦਮੀ ਪਾਰਟੀ ਦੇ ਸਾਡੇ ਯੋਧਿਆਂ ਦੇ ਨਾਲ ਰਲ ਮਿਲ ਕੇ ਇਕਜੁੱਟ ਹੋ ਕੇ ਪਿੰਡ ਦੇ ਕਾਰਗੁਜ਼ਾਰਾਂ ਵਿੱਚ, ਪਿੰਡ ਦੇ ਜੋ ਚੰਗੇ ਕਾਰਗੁਜ਼ਾਰ ਹੋਣਗੇ ਅਤੇ ਰਲ ਮਿਲ ਕੇ ਹਿੱਸਾ ਪਾਉਣਗੇ, ਔਰ ਜੋ ਵੀ ਪਿੰਡ ਦੇ ਵਿੱਚ ਮੇਰੇ ਕੋਲ ਆਪਣੇ ਪਿੰਡ ਦੀ ਭਲਾਈ ਵਾਸਤੇ ਕੋਈ ਵੀ ਚੀਜ਼ ਮੰਗ ਲੈ ਕੇ ਆਉਣਗੇ, ਇਹਨਾਂ ਸਾਰਿਆਂ ਦੀ ਵਧੀਆ ਤਰੀਕੇ ਦੇ ਨਾਲ ਸੁਣਵਾਈ ਕੀਤੀ ਜਾਵੇਗੀ। ਔਰ ਇਹਨਾਂ ਦਾ ਹਰ ਇੱਕ ਜੋ ਸਤਿਕਾਰਯੋਗ ਚਿਹਰੇ ਅੱਜ ਸ਼ਾਮਿਲ ਹੋਏ ਨੇ, ਹਰ ਇੱਕ ਚਿਹਰੇ ਦਾ ਮਾਣ, ਬਿਲਕੁਲ ਮਾਣ ਸਨਮਾਨ ਬਾਹਰ ਰੱਖਿਆ ਜਾਵੇਗਾ। ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਪਾਰਟੀਬਾਜ਼ੀ ਜਾਂ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਰੱਖਿਆ ਜਾਵੇਗਾ।